ਆ ਵੀਰੋ ਮੈਂ ਅੱਜ ਗੱਲ ਕਹਿਣ ਲੱਗਾ, ਅੱਜ ਤੋਂ 40 ਸਾਲ ਬਾਅਦ ਪੰਜਾਬੀਆਂ ਨੇ ਬਈਆਂ ਕੋ ਕੁੱਟ ਖਾਇਆ ਕਰਨੀ ਪੰਜਾਬ ਚ, ਤੇ ਬਈਆਂ ਨੇ ਪੰਜਾਬੀਆਂ ਨੂੰ ਘੁੱਟ ਘੁੱਟ ਕੇ ਭਜਾ ਦੇਣਾ। ਗੱਲ ਇੱਦਾਂ ਆ ਵੀ ਲੋਕ ਕਨੇਡਾ ਚਲੇ ਜਾਂਦੇ ਆ, ਕਨੇਡਾ 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 ਲਾਈ ਹੋਈ ਪੰਜਾਬ ਚ ਸਾਰਿਆਂ ਨੇ, ਉੱਥੇ ਚਲੋ 10 ਸਾਲ 20 ਸਾਲ ਰਹਿ ਦਿਹਾੜੀਆਂ ਹੀ ਕਰਦੇ ਰਹਿ, ਕਹਿੰਦੇ ਨਾ ਕਹਿਣਾ ਹੈ ਯਾਰ ਅਸੀਂ ਤਾਂ ਇੱਥੇ ਦਿਹਾੜੀਦਾਰ ਬਣ ਗਏ, ਅਸੀਂ ਤਾਂ ਪੰਜਾਬ ਚ ਰਾਜੇ ਹੁੰਦੇ ਸੀ। ਫਿਰ ਨਹਾਉਣਾ 35 ਸਾਲਾਂ ਬਾਅਦ ਪੰਜਾਬ ਵੀ ਨਹੀਂ ਨਹੀਂ ਯਾਰ ਪੰਜਾਬ ਹੀ ਚੱਲੀਏ, ਉੱਥੇ ਆਪਾਂ ਰਾਜੇ ਹੁੰਦੇ ਸੀ, ਹੈ ਰਾਜਾਂ ਵਾਂਗੂ ਰਹਿੰਦੇ ਸੀ, ਰਾਜਾਂ ਵਾਂਗੂ ਲਾਇਬ ਸੀ, ਰਾਜਾਂ ਵਾਂਗੂ ਵਿਆਹ ਸ਼ਾਦੀਆਂ ਕਰਦੇ ਹੁੰਦੇ ਸੀ, ਇੱਥੇ ਤਾਂ ਆਪਾਂ ਦਿਹਾੜੀਦਾਰ ਜਿਹਾ ਬਣ ਗਏ। ਫਿਰ ਨਹਾਉਣਾ ਪੰਜਾਬੀਆਂ ਨੇ ਪੰਜਾਬ, ਉਦੋਂ ਤੱਕ ਬਈਆਂ ਨੇ ਪੂਰੇ ਕਬਜ਼ੇ ਕੀਤੇ ਹੋਣੇ ਆ, ਅਤੇ ਬਈਆਂ ਨੇ ਪੂਰੇ ਬਈਆਂ ਨੂੰ ਵੀ ਪਤਾ ਹੋਣਾ ਵੀ ਇਹਨਾਂ ਆਉਣਾ, ਅਤੇ ਬਈਆਂ ਨੇ ਵੀ ਪੂਰੇ ਜੋ ਸ਼ਰਮਾ ਜੀ ਮਿਸ਼ਰਾ ਜੀ ਸਾਰੇ ਇੱਥੇ ਇਕੱਠੇ ਹੋਏ ਹੋਣੇ, ਪੁਲਿਸ 'ਚ ਵੀ ਸ਼ਰਮਾ ਜੀ ਮਿਸ਼ਰਾ ਜੀ ਹੋਣੇ ਆ, ਸਰਕਾਰ ਵੀ ਸ਼ਰਮਾ ਜੀ ਮਿਸ਼ਰਾ ਜੀ ਦੇ ਪਾਂਡੇ ਜੀ ਦੀ ਹੋਣੀ ਆ, ਬਾਬੇ ਵੀ ਜਿਹੜੇ ਆ ਉਹ ਵੀ ਸਾਰੇ ਸ਼ਰਮਾ ਜੀ ਮਿਸ਼ਰਾ ਜੀ ਤ੍ਰਿਵੇਦੀ ਜੀ ਹੈਂ ਵਰਮਾ ਜੀ ਹੋਣੇ ਆ, ਅਤੇ ਪੰਜਾਬੀਆਂ ਨੇ ਕਹਿਣਾ ਅਸੀਂ ਘਰ ਆ ਗਏ, ਅਤੇ ਬਈਆਂ ਨੇ ਕੁੱਟ ਕੁੱਟ ਕੇ ਪੰਜਾਬੀਆਂ ਨੂੰ ਭਜਾਉਣਾ, ਕਈਆਂ ਨੂੰ ਏਅਰਪੋਰਟ 'ਤੇ ਭਜਾ ਦੇਣਾ ਬਈਆਂ ਨੇ। ਅਤੇ ਦੇਖਿਓ 40 ਸਾਲ ਬਾਅਦ ਪੰਜਾਬੀਆਂ ਦੇ ਕਿਵੇਂ ਜੂਤ ਫਿਰਦਾ, ਕਿਵੇਂ ਘੁੱਟ ਪੈਂਦੀ ਪੰਜਾਬੀਆਂ ਦੇ, ਹੈਂ ਹੁਣ ਕਈਆਂ ਨੇ ਗਾਲਾਂ ਕੱਢਣੀਆਂ ਪਰ ਇਹ ਗੱਲ ਸੱਚੀ ਆ ਭਾਈ, ਇੱਦਾਂ ਹੋਣਾ ਆ, ਇੱਦਾਂ ਹੋਣਾ ਆ। ਜਿਹੜੇ ਲੋਕ ਆਪਣੇ ਵਤਨ ਨੂੰ ਆਪਣੀ ਜ਼ਮੀਨ ਨੂੰ ਛੱਡ ਕੇ ਸੋਚਦੇ ਆ ਵੀ ਫਲਾਨਾ ਦੇਸ਼ ਚੰਗਾ ਉੱਥੇ ਚੱਲੀਏ, ਖੁਦ ਸੋਚੋ ਵੀ ਉਹ ਲੋਕ ਨਿਕੰਮੇ ਹੋ ਚੁੱਕੇ ਆ, ਦਿਹਾੜੀਦਾਰ ਟੈਪ ਬਣ ਚੁੱਕੇ ਹੋ, ਉਹਨਾਂ ਦਾ ਉਹ ਸਭ ਖਤਮ ਹੋ ਚੁੱਕਾ ਜਿਹੜਾ ਇੱਕ ਬੰਦਿਆਂ 'ਚ ਹੁੰਦਾ ਆ, ਅਤੇ ਉਹ ਆਪਣੇ ਦੇਸ਼ ਵਿੱਚ ਕੋਈ ਕ੍ਰਿਏਸ਼ਨ ਨਹੀਂ ਕਰ ਸਕਦੇ। ਬਈ ਕਨੇਡਾ ਵਾਲਿਆਂ ਮਿਹਨਤ ਕਰਕੇ ਆਪਣਾ ਦੇਸ਼ ਬਣਾਇਆ, ਇੰਗਲੈਂਡ ਵਾਲਿਆਂ ਯੂਰਪ ਵਾਲਿਆਂ ਮਿਹਨਤ ਕੀਤੀ ਆ, ਵੰਨਸਵੰਨੀਆਂ ਪੋਲਿਸੀਆਂ ਬਣਾਈਆਂ, ਵੰਨਸਵੰਨੇ ਤਰੀਕੇ ਬਣਾਏ ਅਤੇ ਆਪਣਾ ਦੇਸ਼ ਬਣਾਇਆ, ਅਤੇ ਕੀ ਗੱਲ ਪੰਜਾਬ ਦੇ ਲੋਕਾਂ ਨੂੰ ਗੋਲੀ ਵੱਜੀ ਹੋਈ ਆ, ਮਰੇ ਹੋਏ ਆ, ਇਹ ਨਹੀਂ ਆਪਣੇ ਪੰਜਾਬ 'ਚ ਵੰਨਸਵੰਨੀਆਂ ਤਰੱਕੀਆਂ ਕਰ ਸਕਦੇ। ਜੇ ਵਿਆਹਾਂ 'ਤੇ 25-30 ਲੱਖ ਲਾ ਸਕਦੇ ਹਾਂ, ਤਾਂ ਪਿੰਡ 'ਚ ਇੱਕ ਪਾਰਕ ਇੱਕ ਜਿਮ ਨਹੀਂ ਖੋਲ੍ਹ ਸਕਦੇ, ਪਿੰਡ 'ਚ ਸੱਥ ਨਹੀਂ ਬਣਾ ਸਕਦੇ, ਹੈਂ। ਅਤੇ ਪੰਜਾਬ ਦੇ ਲੋਕ ਹੋ ਚੁੱਕੇ ਨਿਕੰਮੇ, ਤਾਂ ਹੁਣ ਦੇਖੀਏ, ਮੈਂ ਲਿਖ ਦਿੰਦਾ, ਲਿਖ ਲਿਓ ਵੀਰੋ, ਲਿਖ ਲਿਓ ਧਿਆਨ ਨਾਲ, 20-25 ਸਾਲਾਂ ਬਾਅਦ 30 ਸਾਲਾਂ ਬਾਅਦ ਬਈਆਂ ਨੇ ਜੁੱਤੀਆਂ ਮਾਰਨੀਆਂ, ਤਾਂ ਪੰਜਾਬੀਆਂ ਖਾਣੀਆਂ, ਪੰਜਾਬੀਆਂ ਨੂੰ ਪੰਜਾਬ 'ਚੋਂ ਕੁੱਟ ਕੁੱਟ ਕੇ ਭਜਾਇਆ ਜਾਊਗਾ ਅੱਜ ਤੋਂ 30-35 ਸਾਲ ਬਾਅਦ। ਇਹ ਮੇਰੇ ਗੱਲ ਧਿਆਨ ਨਾਲ ਸੁਣ ਲਿਓ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਆਪਣਾ ਵੀਡੀਓ ਸ਼ੇਅਰ ਕਰ ਦਿਓ ਵੀਰੋ ਗੱਡ ਕੇ, ਧੰਨਵਾਦ।